ਇੱਕ ਅੱਧਾ ਤਾਂ ਦੇ ਚੁੱਕੇ ਮੋਦੀ, 100 ਰੁਪਇਆ ਸਿਲੰਡਰ ਸਸਤਾ, ਲੋਕ ਤਾੜੀਆਂ। ਉਹ ਮੈਂ ਕਿਹਾ 1000 ਰੁਪਇਆ ਮਹਿੰਗਾ ਕਿਹਨੇ ਕੀਤਾ ਸੀ? 1000 ਰੁਪਇਆ ਸਿਲੰਡਰ ਮਹਿੰਗਾ ਕਰਕੇ ਕਹਿੰਦੇ 100 ਰੁਪਇਆ ਸਸਤਾ ਕਰ ਦਿਆ, ਕਮਾਲ ਕਰ ਦਿਆ ਜੀ। ਕਿਹਾ ਸਿਲੰਡਰ ਸਸਤਾ ਕਰ ਦਿਆ, ਹਮ ਸੋਚਦੇ 4.5 ਸਾਲ ਦੇਸ਼ ਕੋ ਲੂਟ ਲਿਆ ਮੋਦੀ ਨੇ, ਉਹ ਠੀਕ ਆ, ਲੇਕਿਨ ਯਾਰ 100 ਰੁਪਏ ਦਾ ਸਿਲੰਡਰ ਸਸਤਾ ਕਰ ਦਿਆ ਯਾਰ। ਇਨ ਬਾਤੋਂ ਮੈਂ ਮਤ ਆਨਾ ਕਿਰਪਾ, ਅਸੀਂ ਉਹਨਾਂ ਦੇ ਵਾਰਸ, ਸਾਡੇ ਨਾਲ ਨੀ ਤੁਸੀਂ ਪੰਗਾ ਲੈ ਸਕਦੇ। ਹਮਕੋ ਕਿਆ ਜ਼ਰੂਰਤ ਥੀ ਵੋਟ ਮੰਗਣੇ ਕੀ, ਹਮਕੋ ਕਿਆ ਜ਼ਰੂਰਤ ਥੀ ਗਲੀ ਨਾਲੀਓ ਕਾ ਮੌਕਾ ਦੇਖਨੇ ਕੀ। ਬੜਾ ਬੜਾ ਸਟਾਰ ਥਾ, ਬੜਾ ਬੜਾ ਕਲਾਕਾਰ ਥਾ, ਮੈਂ ਕੋਈ ਫੇਲ ਕਲਾਕਾਰ ਥੋੜੀ ਥਾ। ਆਪ ਲੋਗੋ ਨੇ ਵੀ ਸੁਣਾ ਹੋਗਾ, ਸੀਡੀਆਂ ਕੈਸੇਟ ਸੀਰੀਅਲ ਦੇਖਤੇ ਹੋਗੇ, ਮੁਝੇ ਕਿਆ ਜ਼ਰੂਰਤ ਥੀ ਪੈਸੇ, ਪੈਸਾ ਕਮਾਣੇ ਨਹੀਂ ਆਏ ਭਾਈ ਸਾਹਿਬ, ਪੈਸੇ ਕਮਾਣੇ ਵਾਲੇ ਕਾਮ ਛੋੜ ਕੇ ਆਏ ਹੈ, ਇਨਕੋ ਸੀਧਾ ਕਰਨੇ ਆਇਆ, ਇਹ ਜਿਨਕੀ ਅਕਲ ਟਿਕਾਣੇ ਨਹੀਂ ਹੈ ਨਾ, ਉਨਕੋ ਠੀਕ ਕਰਨੇ ਆਏ। ਅਰਵਿੰਦ ਕੇਜਰੀਵਾਲ IRS ਆਫਿਸਰ ਥੇ, ਉਨਕੀ ਘਰ ਵਾਲੀ, ਉਨਕੀ ਪਤਨੀ IRS ਆਫਿਸਰ ਹੈ, ਉਸਨੇ ਵੀ ਇਸਤੀਫਾ ਦੇ ਦਿਆ, ਦੋਨੋ ਅਫਸਰ ਥੇ, ਚਾਹਤੇ ਤੋ ਜਿਤਨੇ ਮਰਜ਼ੀ ਇਨਕਮ ਟੈਕਸ ਕੇ ਕਮਿਸ਼ਨਰ ਥੇ, ਜਿਤਨੇ ਮਰਜ਼ੀ ਪੈਸੇ ਕਮਾ ਲੈਤੇ ਜੀ। ਜਿਤਨੇ ਇਨਕਮ ਟੈਕਸ ਪੇ ਕਰਤੇ ਹੈ ਨਾ, ਉਨਕੋ ਪਤਾ ਹੋਗਾ ਕਿ ਇਨਕਮ ਟੈਕਸ ਕੇ ਕਮਿਸ਼ਨਰ ਕੀ ਵੈਲਿਊ ਕਿਆ ਹੋਤੀ ਹੈ। ਇੱਕ ਛੋਟਾ ਸਾ ਨੋਟਿਸ, ਇੱਕ ਮਹੀਨਾ ਨੀਂਦ ਨਹੀਂ ਆਨੇ ਦਿੱਤਾ ਇਨਕਮ ਟੈਕਸ ਕਾ, ਤੋ ਵੋ ਸਭ ਕੁਛ ਛੋੜ ਛਾੜ ਕੇ ਆਪਕਾ ਹਰਿਆਣਾ ਕਾ ਬੱਚਾ ਜਾ ਕੇ ਦਿੱਲੀ ਕਾ CM ਬਣ ਗਿਆ, ਔਰ ਉਸਨੇ ਪੂਰੇ ਦੇਸ਼ ਕੀ ਰਾਜਨੀਤੀ ਕੀ ਦਸ਼ਾ ਔਰ ਦਿਸ਼ਾ ਬਦਲ ਕੇ ਰੱਖ ਦੀ। ਇਹ ਹੋਤਾ ਹੈ ਜਨੂਨ, ਇਹ ਹੋਤਾ ਹੈ ਜਜ਼ਬਾ, ਇਹ ਚੀਜ਼ ਹੈ। ਪੈਸੇ ਕਮਾਉਣੇ ਨਹੀਂ ਆਏ, ਮੇਰੇ ਜੈਸੇ ਕਿਸੀ ਕਮਲੇ ਕੋ, ਮੇਰੇ ਜੈਸੇ ਕਿਸੀ ਪਗਲੇ ਕੋ ਕਿਸੀ ਨੇ ਪੁੱਛਾ ਕਿ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮ ਕਾਰ ਤੇ ਲਾ ਲੈਂਦਾ, ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮ ਕਾਰ ਤੇ ਲਾ ਲੈਂਦਾ, ਹੁਣ ਤੱਕ ਤੂੰ ਮੇਰਿਆ ਮਿੱਤਰਾ ਪੈਸੇ ਬਹੁਤ ਕਮਾ ਲੈਂਦਾ, ਪੈਸੇ ਨਾਲ ਪੁਜੀਸ਼ਨ ਬਣਦੀ, ਕੋਈ ਕਾਰੋਬਾਰ ਚਲਾ ਲੈਂਦਾ, ਧਨੀਆਂ ਦੀ ਸੂਚੀ ਵਿੱਚ ਤੂੰ ਵੀ ਆਪਣਾ ਨਾਂ ਲਿਖਵਾ ਲੈਂਦਾ। ਤਾਂ ਅੱਗੇ ਉਹ ਜਵਾਬ ਆਇਆ, ਗੱਲ ਤਾਂ ਤੇਰੀ ਠੀਕ ਹੈ ਮਿੱਤਰਾ, ਮੈਂ ਪੈਸੇ ਬਹੁਤ ਕਮਾ ਲੈਂਦਾ, ਧਨੀਆਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਂ ਲਿਖਵਾ ਲੈਂਦਾ, ਪਰ ਰੁੱਖਾਂ ਨਾਲ ਛਾਵਾਂ ਮਿਟਦੀਆਂ ਇਹ ਸਮਾਂ ਸਭ ਨੂੰ ਢਾ ਲੈਂਦਾ। ਉਹ ਕਿੰਨੇ ਧਨੀ ਹੋ ਹੋ ਤੁਰ ਗਏ, ਕੌਣ ਕਿਸੇ ਦਾ ਨਾਂ ਲੈਂਦਾ, ਕੌਣ ਲਿਖਦਾ ਫਿਰ ਸੱਚੀ ਗੁਰਬਾਣੀ ਜੇ ਨਾਨਕ ਹੱਤੀ ਪਾ ਲੈਂਦਾ। ਜੇ ਗੁਰੂ ਨਾਨਕ ਦੇਵ ਜੀ ਦੁਕਾਨ ਖੋਲ ਕੇ ਬਹਿ ਜਾਂਦੇ ਫਿਰ ਸੱਜਣ ਠੱਗ ਵਰਗਿਆਂ ਨੂੰ ਕੌਣ ਸੁਧਾਰਦਾ, ਪੰਜੇ ਨਾਲ ਪਹਾੜ ਕੌਣ ਰੋਕਦਾ, ਫਿਰ ਮਲਕ ਭਾਗੋ ਤੇ ਭਾਈ ਲਾਲੋ ਦੀਆਂ ਰੋਟੀਆਂ ਚੋਂ ਫਰਕ ਕੌਣ ਕੱਢਦਾ, ਕਿਹੜੀ ਹਰਾਮ ਦੀ ਰੋਟੀ ਹੈ ਕਿਹੜੀ ਹਲਾਲ ਦੀ ਰੋਟੀ ਹੈ। ਫਿਰ ਉਦਾਸੀਆਂ ਕਰਕੇ ਕਿਰਤ ਕਰੋ ਵੰਡ ਛਕੋ ਨਾਮ ਜਪੋ ਦਾ ਹੋਕਾ ਕੌਣ ਦਿੰਦਾ ਜੇ ਦੁਕਾਨ ਖੋਲ ਕੇ ਬਹਿ ਜਾਂਦੇ। ਹਰ ਗੱਲ ਪੈਸਾ ਕਮਾਉਣ ਵਾਸਤੇ ਨਹੀਂ ਹੁੰਦੀ, ਲੋਕਾਂ ਦੇ ਹੱਕ ਚ ਖੜਨ ਵਾਸਤੇ ਵੀ ਸਾਡੇ ਗੁਰੂਆਂ ਨੇ ਸਾਨੂੰ ਦੱਸਿਆ ਹੋਇਆ ਕਿ ਲੋਕਾਂ ਦੇ ਹੱਕ ਚ ਖੜਨ ਦਾ ਵੀ ਇੱਕ ਹੋਰ ਨਜ਼ਾਰਾ ਹੁੰਦਾ। ਸੋ ਇਹ ਗੱਲ ਕਹਿਣ ਆਇਆ ਤੁਹਾਡੇ ਕੋਲੇ। ਇਹ ਹੁਣ ਤੁਹਾਨੂੰ ਲੋਲੀਪੋਪ ਦੇਣਗੇ, ਇੱਕ ਅੱਧਾ ਤਾਂ ਦੇ ਚੁੱਕੇ ਮੋਦੀ, 100 ਰੁਪਇਆ ਸਿਲੰਡਰ ਸਸਤਾ, ਲੋਕ ਤਾੜੀਆਂ। ਉਹ ਮੈਂ ਕਿਹਾ 1000 ਰੁਪਇਆ ਮਹਿੰਗਾ ਕਿਹਨੇ ਕੀਤਾ ਸੀ, 1000 ਰੁਪਇਆ ਸਿਲੰਡਰ ਮਹਿੰਗਾ ਕਰਕੇ ਕਹਿੰਦੇ 100 ਰੁਪਇਆ ਸਸਤਾ ਕਰ ਦਿਆ, ਕਮਾਲ ਕਰ ਦਿਆ ਜੀ। ਐਸੇ ਲੋਲੀਪੋਪ ਆਪਕੋ ਦੇਂਗੇ। ਇੱਕ ਬਾਤ ਮੇਰੀ ਆ ਯਾਦ ਰੱਖ ਲੈਣਾ ਕਿ ਭਗਵੰਤ ਮਾਨ ਆਇਆ ਥਾ ਪੇਵਾ ਮੇਂ,
ये लॉलीपॉप कैसे दुनिया को भरमाते हैं, ये कैसे देश के लोगों को ये भरमाते हैं। इलेक्शन के समय जो लॉलीपॉप देते हैं ये, एक घर में लड़की की शादी थी, अच्छा जिमीदारों का घर था, पैसे वाले थे, उन्होंने कहा लाडली बेटी है, शादी धूमधाम से करेंगे। उन्होंने लड़की को सामान देने के लिए बड़े बड़े टीवी, फ्रिज, सोफा सेट, बेड, चांदी, सोने के जेवरात इकट्ठे कर लिए, खरीद लिए कि बेटी को विदा करेंगे, उसके साथ सामान देंगे। कल बारात आनी थी, आज रात को डाकुओं को पता चल गया कि इस घर में माल है। अब ये बात याद रखना, डाकू आ गए ट्रक लेके, ट्रक बैक, उन्होंने घर के गेट से ट्रक को बैक किया, सब सोफे, सब फ्रिज, सब बड़ी बड़ी अलमारियां ट्रक में। लड़की के परिवार को एक कमरे में बंद करके बाहर से कुंडी लगा दी, सब जेवरात, सब चांदी की झांझर, पायल, ये वो, छापा छल्ले सब लूट लिए। अभी ट्रक स्टार्ट करके जाने वाले थे कि डाकुओं के सरदार ने कहा एक मिनट रुकिए, लड़की का परिवार किस कमरे में है? तो डाकुओं का सरदार इस कमरे में है, खोलिए। कुंडा खोलिया, परिवार बैठे। तो डाकुओं के सरदार ने कहा किस लड़की की शादी है? एक लड़की डरती डरती बेचारी खड़ी हो गई, जी मेरी शादी है। डाकुओं के सरदार ने जेब में हाथ डाला, 100 रुपए का नोट उसको दिया, कहता बेटी मेरी तरफ से शगन रख ले, आपकी जिंदगी मंगलमयी हो, तंदुरुस्त रहो, बहुत खुशी, परमात्मा पूरी दुनिया दी खुशियां तुहाडी झोली च पावे, बहुत बहुत धन्यवाद। डाकू लूट के चले गए। पेवा वालों अगले दिन पुलिस आई, उस घर का जो घर को लूटा था, उस घर का एक भी आदमी, एक भी औरत डाकुओं के खिलाफ FIR लिखाने को तैयार नहीं हुई। कहती लूट के भले ही ले गए लेकिन बंदे बड़े अच्छे थे, 100 रुपया शगन दे गए। यही हमारे साथ हो रहा है। 100 रुपए का सिलेंडर सस्ता कर दिया, हम सोचते हैं 4.5 साल देश को लूट लिया मोदी ने, वो ठीक है, लेकिन यार 100 रुपये का सिलेंडर सस्ता कर दिया यार। इन बातों में मत आना कृपया। समझ आ गई? जिनको समझ आ गई वो ताली बजा दो, बाकियों को माफ है। बहुत समझदार लगता है, मुझे पता है बहुत समझदार लगता है। ये कहने के लिए आपके पास आए हैं कि बिजली, पानी, मोहल्ला क्लिनिक, स्वास्थ्य, रोजगार के लिए अरविंद केजरीवाल को, आपके अपने लाल को चुनिए, उसकी सोच पार्टी के साथ है। ठीक है कि झूठे पर्चे में अंदर कर रखा, कितनी देर रखेंगे, कितनी देर रखोगे अंदर? सतेंद्र जैन ने अस्पताल बनाए अंदर, मनीष सिसोदिया ने स्कूल बना दिया अंदर, केजरीवाल देश बनाना चाहता है अंदर। लेकिन मैं उनको कहना चाहता हूं, बीजेपी वालों को, आज भी आए होंगे दो चार, यहां बैठे होंगे, आए होंगे दो चार तो आते ही हैं, उनको आना पड़ता है ना, उनके आका भेजते हैं कि जाके देखना यार भगवंत मान ने क्या बोला था, बोल देना उनको कि हम वो पत्ते नहीं जो शाख से गिरकर, हम वो पत्ते नहीं जो शाख से टूटकर गिर जाएंगे। आंधियों को बोल दो अपनी औकात में रहें, असी वो नहीं है गे, असी होर मिट्टी दे बने हुए हैं।
ਸਾਨੂੰ ਗੁਰੂਆਂ ਦਾ ਆਸ਼ੀਰਵਾਦ ਪ੍ਰਾਪਤ ਹੈ। ਅਸੀਂ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਦੇ ਵਾਰਿਸ ਹਾਂ, ਅਸੀਂ ਕਰਤਾਰ ਸਿੰਘ ਸਰਾਭੇ ਦੇ ਵਾਰਿਸ ਹਾਂ, ਅਸੀਂ ਸ਼ਹੀਦ ਊਧਮ ਸਿੰਘ ਦੇ ਵਾਰਿਸ ਹਾਂ, ਅਸੀਂ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਦੇ ਵਾਰਿਸ ਹਾਂ, ਅਸੀਂ ਗੁਰੂ ਤੇਗ ਬਹਾਦਰ ਜੀ ਦੇ ਵਾਰਿਸ ਹਾਂ, ਗੁਰੂ ਗੋਬਿੰਦ ਸਿੰਘ ਜੀ ਨੇ ਸਰਬੰਸ ਸਵਾਰਿਆ, ਅਸੀਂ ਉਹਨਾਂ ਦੇ ਵਾਰਿਸ, ਸਾਡੇ ਨਾਲ ਨਹੀਂ ਤੁਸੀਂ ਪੰਗਾ ਲੈ ਸਕਦੇ। ਸੋ ਇਸ ਕਰਕੇ ਤੁਹਾਨੂੰ ਇਹ ਕਹਿਣ ਆਇਆ ਕਿ ਪਹਿਲਾਂ ਬਹੁਤ ਵਾਰੀ ਵੋਟਾਂ ਪਾ ਲਈਆਂ, ਇੱਕ ਵਾਰੀ ਇੱਧਰ